ਇੱਥੇ ਸਿੰਘੂ ਬਾਰਡਰ ਤੇ ਇਹ ਮਾਤਾ ਜੀ ਵੀ ਪਹੁੰਚੋ ਹੈ ਮਾਤਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਸੰਗਰੂਰ ਜ਼ਿਲ੍ਹੇ ਤੋਂ ਮਾਤਾ ਜੀ ਕੀ ਨਾਮ ਤੁਹਾਡਾ ਕਿਰਪਾਲ ਕੌਰ ਮਾਤਾ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 70 ਸਾਲ ਦੀ ਹੈ ਮਾਤਾ ਜੀ ਤੁਹਾਡੇ ਤੋਂ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਮੈਂ ਦੇਖ ਰਿਹਾ ਹਾਂ ਉਸ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਹੋ ਕਿਹੜੀ ਹਿੰਮਤ ਤੁਹਾਡੇ ਚ ਜਿਹੜੀ ਇੱਥੇ ਤੁਸੀਂ ਆ ਗਏ ਹੋ ਸਾਡੀ ਹਿੰਮਤ ਕਨਾ ਸਾਡੇ ਗੁਰੂ ਦੀ ਪਾਈ ਹੋਈ ਹੈ ਮੇਰੀ ਗੱਲ ਸੁਣਾ ਮੈਨੂੰ 50 ਸਾਲ ਹੋ ਗਏ ਮੇਰੀ ਸੁਰਤ ਸੰਭਲੀ ਨੂੰ ਚਾਲਾ 50 ਸਾਲ ਹੋ ਗਏ ਮੈਨੂੰ ਇਹਨੂੰ ਸਾਡੀਆਂ ਸਰਕਾਰਾਂ ਨੂੰ ਜੜਾਂ ਪੱਟਦੀਆਂ ਨੂੰ ਹੌਲੀ ਹੌਲੀ ਪੱਟ ਕੇ ਪੱਤੇ ਵੀ ਖਾ ਗਏ ਸਾਡੇ ਵੀ ਸਾਡੀਆਂ ਜੜਾਂ ਪੱਟ ਇਹਨੇ ਹੁਣ ਜਮੀਨ ਨਿਰਣਾ ਕਰਤਾ ਇਹਨੇ ਸਾਰੇ ਪੇਡੇ ਹੀ ਖਾ ਗਿਆ ਅਸੀਂ ਆਪਦੇ ਕਾਨੂੰਨ ਦੇ ਵਾਰ ਲੜ ਰਹੇ ਹਾਂ ਕਾਨੂੰਨ ਲੈ ਕੇ ਆਪਦੇ ਵਾਪਸ ਕਰਾ ਕੇ ਜਾਵਾਂਗੇ ਅਸੀਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਪੁੱਤ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਂਦੇ ਭਾਵੇਂ ਸਾਨੂੰ 4 ਸਾਲ ਬੈਠਣਾ ਪਏ ਮਾਤਾ ਜੀ ਤੁਹਾਨੂੰ ਕਿਸੇ ਨੇ ਦੱਸਿਆ ਵੀ ਇਹ ਖੇਤੀ ਕਾਨੂੰਨਾਂ ਵਿੱਚ ਕੀ ਹੈਗਾ ਤੁਹਾਡੇ ਮੇਰਾ ਸਵਾਲ ਸੁਣ ਲਓ ਪਿੰਡ ਵਿੱਚ ਕੋਈ ਹੋਕਾ ਦਿੱਤਾ ਗਿਆ ਜਾਂ ਘਰੇ ਜਿਸ ਤਰੀਕੇ ਨਾਲ ਤੁਸੀਂ ਇੰਨੇ ਸਾਲਾਂ ਤੋਂ ਸਾਨੂੰ ਪਹਿਲਾਂ ਸਾਨੂੰ ਅਨਪੜ੍ਹਾਂ ਨੂੰ ਪਤਾ ਹੀ ਨਹੀਂ ਸੀ ਹੁਣ ਜਿਹੜਾ ਬੱਚਿਆਂ ਨੇ ਸਾਡੇ ਨੇ ਇਤਿਹਾਸ ਪੜ੍ਹ ਲਏ ਸਾਰੇ ਕੁਝ ਦੇਖ ਲਏ ਹੁਣ ਸਾਡੀਆਂ ਅੱਖਾਂ ਖੁੱਲੀਆਂ ਨੇ ਪਹਿਲਾਂ ਇਹ ਜਿਹੜਾ ਦੂਜੇ ਤੇ ਕਿ ਬਾਦਲ ਵਰਗੇ ਦੂਜੇ ਕੈਪਟਨ ਵਰਗੇ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਜਦੋਂ ਦਾ ਸਾਨੂੰ ਦੱਸਿਆ ਉਹਨਾਂ ਦੇ ਅਸੀਂ ਅੱਗ ਵਾਂਗੂ ਐਨ ਭਮੂਕਾ ਉੱਠ ਖੜੇ ਕਿੰਨੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਆਇਆ ਨੂੰ ਸਾਨੂੰ ਉਰੇ ਆਇਆ ਨੂੰ ਪਹਿਲਾਂ ਅਸੀਂ ਲਾ ਗਏ 5-7 ਦਿਨ ਹੁਣ ਫੇਰ ਅਸੀਂ ਆ ਰਹੇ ਹਾਂ ਤੇ ਆਪਦਾ ਹੁਣ ਅਸੀਂ ਫਿਰ ਸਾਨੂੰ 3 ਮਹੀਨੇ ਹੋ ਗਏ ਉੱਥੇ ਸੰਗਰੂਰ ਬੈਠਿਆਂ ਨੂੰ ਲੈਣਾ ਤੇ ਵੀ ਹੁਣ ਅਸੀਂ ਭਾਈ ਇੱਥੇ ਤਾਂ ਅਸੀਂ ਆ ਕੇ ਹੁਣ ਇੱਥੋਂ ਤਾਂ ਹੱਲਦੇ ਮਾਤਾ ਜੀ ਤੁਹਾਡੇ ਬੱਚੇ ਕਿੰਨੇ ਆ ਕਿੱਥੇ ਆ ਉਹ ਇੱਥੇ ਆਏ ਵੀ ਆ ਘਰੇ ਆ ਬੱਚੇ ਮੇ ਸਾਡੇ ਘਰੇ ਨੇ ਬਾਰੀ ਨਾਲ ਆਉਂਦੇ ਨੇ ਬਾਰੀ ਨਾਲ ਮੁੜ ਜਾਂਦੇ ਆ ਬੱਚੇ ਘਰੇ ਨੇ ਹੁਣ ਤਾਂ ਹੁਣ ਅਸੀਂ ਆ ਰਹੇ ਆ ਫਿਰ ਉਹ ਆ ਜਾਣਗੇ ਜਿਹੜਾ ਇੱਥੇ ਇੰਨਾ ਇਕੱਠ ਹੈ ਜਵਾਨੀ ਦਾ ਜੋਸ਼ ਹੈ ਤੁਹਾਡੇ ਵਰਗੇ ਬਜ਼ੁਰਗ ਇੱਥੇ ਪਹੁੰਚੇ ਹੋਏ ਆ ਬੱਚੇ ਇੱਥੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਹੁਣ ਆਪਣਾ ਚੁੱਪ ਕਰੇ ਤੋਂ ਪੂਰਾ ਨਹੀਂ ਪੜਦਾ ਹੁਣ ਆਪਣੇ ਸਾਬਰਾਂ ਦੇ ਬੰਨ ਟੁੱਟ ਗਏ ਵੀ ਤੁਸੀਂ ਹੁਣ ਚੁੱਪ ਨਾ ਕਰਿਓ ਜਿੰਨਾ ਕਿ ਸਾਥੋਂ ਰਹੀ ਚੁੱਪ ਸਾਨੂੰ ਨਹੀਂ ਪਤਾ ਲੱਗਿਆ ਤੁਹਾਡਾ ਟਾਈਮ ਟਪਾਇਆ ਭਾਈ ਭਵਾਂ ਦੀ ਆਪਦਾ ਖੇਤੀ ਕਰਕੇ ਟਪਾਇਆ ਭਾਂ ਕੁਛ ਹੁਣ ਤੁਹਾਡੇ ਕੋਲ ਤਾਂ ਕੁਛ ਨਹੀਂ ਰਹਿਣਾ ਵੀ ਹੁਣ ਵਾਪਸ ਨਾ ਆਇਓ ਆਪਦੇ ਹੱਕ ਲੈ ਕੇ ਆਇਓ ਜੇ ਸਰਕਾਰ ਨੇ ਨਾ ਖੇਤੀ ਨੂੰ ਰੱਦ ਕੀਤੇ ਫਿਰ ਤੁਸੀਂ ਕੀ ਕਰੋਗੇ ਅਸੀਂ ਤਾਂ ਮਰ ਜਾਾਂਗੇ ਸ਼ਹੀਦੀਆਂ ਪਾ ਲਾਂਗੇ ਕਾਹਦੇ ਤੇ ਰਾਜ ਕਰਨਗੇ ਉਹ ਸ਼ਹੀਦੀਆਂ ਪਾ ਲਾਂਗੇ ਕਾਹਦੇ ਤੇ ਰਾਜ ਕਰਨਗੇ ਉਹ ਕੁੱਤਿਆਂ ਤੇ ਰਾਜ ਕਰਨਗੇ ਦਰਖਤਾਂ ਤੇ ਕਰਨਗੇ ਅਸੀਂ ਨਹੀਂ ਜਾਂਦੇ ਵਾਪਸ ਨਹੀਂ ਅਸੀਂ ਨਹੀਂ ਜਾਣਾ ਮਾਤਾ ਜੀ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕਾਂ ਨੇ ਵਾਰ ਵਾਰ ਇਹ ਗੱਲਾਂ ਕਹੀਆਂ ਕਿ ਇੱਥੇ ਇਹ ਪੈਸੇ ਲੈ ਕੇ ਪਹੁੰਚ ਗਏ ਆ ਇੱਥੇ ਇਹਨਾਂ ਨੂੰ ਵਰਗਲਾ ਕੇ ਲਿਆਂਦਾ ਗਿਆ ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਲੋਕਾਂ ਨੂੰ ਅਸੀਂ ਕੁਛ ਨਹੀਂ ਕਹਿੰਦੇ ਹੈਗੇ ਜਿਹੜੇ ਕਹਿੰਦੇ ਨੇ ਕੁਛ ਨਾ ਕੁਛ ਕਹੀ ਜਾਣਾ ਉਹਨਾਂ ਨੂੰ ਅਸੀਂ ਐਂ ਕਹਿੰਦੇ ਵੀ ਤੁਸੀਂ ਸਾਡੇ ਪੰਜਾਬ 'ਚ ਜਾਓ ਦਿਹਾੜੀ ਕਰਕੇ ਆਓ ਅਸੀਂ ਤਾਂ ਨਾ ਦਿਹਾੜੀ 'ਤੇ ਆਏ ਹਾਂ ਨਾ ਅਸੀਂ ਕਿਸੇ ਦੇ ਆਏ ਕਹਿੰਦੇ ਵੀ ਅਸੀਂ ਵੀ ਊਈਂ ਵਾਗੇ ਆ ਸਾਡੇ ਬੱਚੇ ਨੇ ਇਹ ਸਾਡੀ ਸੇਵਾ ਕਰਦੇ ਨੇ ਬਾਕੀ ਤਾਂ ਕਰਦੇ ਹੀ ਰਹਿਣਗੇ ਅਸੀਂ ਇਹਨਾਂ ਦੇ ਮਾਂਗਰ ਆਏ ਹਾਂ ਸਾਡੇ ਬੱਚਿਆਂ ਜਦੋਂ ਸਾਡੇ ਆ ਸੋਹਣੇ ਸੋਹਣੇ ਬੱਚੀ ਸਾਡੇ ਇੱਥੇ ਆ ਗਏ ਸਾਡਾ ਘਰੇ ਕੀ ਬਣਦਾ ਅਸੀਂ ਦਿਹਾੜੀ ਕਿਉਂ ਲਵਾਂਗੇ ਇਹਨਾਂ ਤੋਂ ਦਿਹਾੜੀ ਲਵਾਂਗੇ ਅਸੀਂ ਜਿਹੜੇ ਸਾਡੇ ਸਿਉਣੇ ਦੇ ਲਾਲ ਸਾਡੇ ਰੁੱਦੇ ਫਿਰਦੇ ਨੇ ਸੜਕਾਂ 'ਤੇ ਜਿਨ੍ਹਾਂ ਨੂੰ ਇੱਕ ਟਾਈਮ ਘੜੀ ਦਾ ਟਾਈਮ ਨਹੀਂ ਸੀ ਉਹ ਫਿਰਦੇ ਨੇ ਬਾਕੀ ਦਾ ਹੁਣ ਇਹਨਾਂ ਤੋਂ ਅਸੀਂ ਦਿਹਾੜੀ ਲਵਾਂਗੇ ਅਸੀਂ ਤਾਂ ਮੈਂ ਤਾਂ ਐਂ ਕਹਿੰਦੀ ਹਾਂ ਪੁੱਤ ਵੀ ਜਿਹੜੇ ਇਹਨਾਂ ਨੇ ਤੋਰੇ ਨੇ ਆਪਣੇ ਬੱਚਿਆਂ ਨੂੰ ਨਹੀਂ ਇਹਨਾਂ ਨੇ ਨੌਕਰੀਆਂ ਦਿੱਤੀਆਂ ਉਹ ਵੀ ਇਹਨਾਂ ਦੀ 420 ਸੀ ਇਹਨਾਂ ਨੇ ਜੇ ਆਪਣੇ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਅੱਜ ਮਾਵਾਂ ਨਾਲੇ ਧੀ ਨੂੰ ਜੁਹਾਰ ਚੜ੍ਹਾ ਕੇ ਰੋਂਦੀਆਂ ਨੇ ਨਾਲੇ ਮਾਵਾਂ ਪੁੱਤ ਨੂੰ ਜੁਹਾਰ ਚੜ੍ਹਾ ਕੇ ਰੋਂਦੀਆਂ ਨੇ ਮੰਜਿਆਂ ਵਿੱਚ ਪਏ ਜਾਂਦੀਆਂ ਨੇ ਜੇ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਦੀਆਂ ਨਰਿੰਦਰ ਮੋਦੀ ਜਾਂਦੇ ਜਿਹੜੀ ਮਾਂ ਦੇ ਇੱਕ ਬੱਚਾ ਉਹ ਨੌਕਰੀ ਤੋਂ ਬਗੈਰ ਉਹ ਵਾਗਿਆ ਬਾਹਰੇ ਉਹ ਮਾਂ ਬਾਪ ਨੂੰ ਕਿਸੇ ਪਾਣੀ ਦੇ ਗਲਾਸ ਦਾ ਸਹਾਰਾ ਨਹੀਂ ਰਿਹਾ ਆਉਂਦੇ ਨੂੰ ਖਾਣੀ ਉਹਨਾਂ ਦੇ ਬੈਠਾ ਤੋਂ ਖਾਣੀ ਪੁੱਤ ਮਰ ਜੇ ਬਾਹਰੇ ਰਹਿ ਜੇ ਉਹ ਉਦੋਂ ਤੜਫਣਗੇ ਪਤਾ ਨਹੀਂ ਮਾਂ ਪਿਓ ਮਰ ਜਾਣ ਪੁੱਤ ਨੂੰ ਤਰਸਦੇ ਇਹਨਾਂ ਨੇ ਜੇ ਇਹਨਾਂ ਦੀ ਮਾੜੀ ਕਰਤੂਤ ਤੀ ਮਾੜੀਆਂ ਸੋਚਾਂ ਤੀਆਂ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਸਾਡੇ ਬੱਚੇ ਵੀ ਨਹੀਂ ਛੱਡੇ ਗੰਦ ਪਾਤਾ ਇਹਨਾਂ ਨੇ ਸੰਗਾਂ ਜ਼ਿਆਦੇ ਸਾਡੇ ਜਿਹੜਾ ਇੱਕ ਇੱਕ ਬੱਚਾ ਸੀ ਇਹਨਾਂ ਨੇ ਖੋ ਕੇ ਉਹ ਵੀ ਨਸ਼ਿਆਂ 'ਤੇ ਲਾਤਾ ਕਿਸੇ ਨੂੰ ਚੱਲ ਨੌਕਰੀਆਂ ਬਾਹਰੇ ਜਾਣ ਦੀ ਪੈ ਗਈ ਜਦੋਂ ਨਾ ਨੌਕਰੀਆਂ ਮਿਲਿਆ ਉਹ ਬਾਹਰੇ ਜਾਣ ਦੇ ਪੈ ਗਏ ਦੋ ਹਿੱਸੇ
बंदे ना जिम्मे कहते जन ला ला तू पंजाब दे विच ला ला हरियाणे दे विच दो छेता पैने मंजियां ते आपदे बच्चों नू बारे तोड़ के एक साथ तुरे फिरदे ने वह हरे आसा करते ने। मैं उन्होंने कह दिनी हाँ भी क्यों आसा कर दूँ पढ़ाऊ दियाँ खेतियाँ कराओ आपके बच्चों तो। मैं तो जानती से इन्होंने करतूतों मैं तो वे बच्चों को कहती होंगी थी बे कद छावे बैठना पैजूगा तुम ना वढ़ो अपने खेत के तूतों ये सोडू जीरी ने इन गंदियां फसलों ने जड़िया उन्होंने अपन रीस लाई है इन्होंने अपन पार नहीं लंघा थोड़ी राजदारियाँ सोडिया जमीन ने ये पुत तुम कमाई करो तो खाओ थोड़ी खा लो माता जी। मैं ये भी देख रहा थोड़िया अखा भी दर्द मैं देख रहा पुत मैं तो जो तू कह मैं तक ना जी कोई माँ कहें मेरा पुत विदेशों से जाऊगा मैं उन्होंने पूरी बुरा मानती हाँ भी एक बच्चा है ਉਹਨੂੰ ਤੁਸੀਂ ਬਾਹਰੇ ਤੋਰ ਦੋਗੇ ਤੁਹਾਨੂੰ ਪਤਾ ਵੀ ਅਸੀਂ ਬੱਚੇ ਆਉਂਦੇ ਥਾਈ ਰਹਾਂਗੇ ਮੇਰੇ ਕੋਲੇ ਉਹ ਨੰਬਰ ਲੜ ਦੇ ਜੀ ਹਾਂ ਗੱਲ ਤਾਂ ਸੁਣ ਲੈਂਦਾ ਮਾਈ ਦੀ ਯਾਰਾ ਵੀ ਇਹ ਤੁਹਾਡੇ ਵਾਸਤੇ ਬਹੁਤ ਨਜਾਇਜ਼ ਹੈ ਨਹੀਂ ਦਿਹਾੜੀਆਂ ਕਰਦੇ ਆਪਣੇ ਜਿਹੇ 2-2 ਕਿੱਲੇ ਹੈਗੇ ਨੇ 4-4 ਹੈਗੇ ਨੇ ਉਹਦੇ ਵਿੱਚ ਆਪਣੇ ਬੱਚਿਆਂ ਤੋਂ ਕਮਾਈ ਕਰਾਓ ਤੇ ਆਪਾਂ ਖਾਓ ਇਹ ਬਹੁਤ ਦੁੱਖ ਹੈ ਪੁੱਤ ਮੈਥੋਂ ਉਨੀਆਂ ਗੱਲਾਂ ਕਈਆਂ ਨਹੀਂ ਜਾਂਦੀਆਂ ਜਿੰਨੀਆਂ ਮੇਰੇ ਅੰਦਰੋਂ ਉੱਠਦੀਆਂ ਨੇ ਮੈਂ ਉਹਨਾਂ ਬੋਲ ਨਹੀਂ ਸਕਦਾ माता ने कोई होर गल भी करनी है मैं लगता माता जी कुछ होर कहना चाहते हो कुछ चलो माता जी ने जिहड़ियां गल्लां कहियां इस ते इस सिस्टम नूं विचार करन दी जरूरत हैगी है। ये कहिंदे पुत परदेसी हो गया है औलाद परदेसी हो गई है उन्होंने भी इतने नहीं रहन दिता गया सिस्टम की वजह करके उत्थे गए है इन्हों वो दर्द भी हैगा तो इस सियासत नू इस सत्ता नू इस सिस्टम नू समझना पवेगा जे वह ये माता इत्थे पहुँच सकती है तो समझ लो इन्हां विच जज्बा किन्ना वड्डा ये कहिंदे गुरुआं दीआं असीसां सानू मिलियां गुरुआं ने जो सानू उपदेश दिता उनकी वजह करके अज असीं इत्थे पहुँचे हुए हैं तुसीं समझ सकते हो कि अंदोलन है जिहड़ा वो किस तरीके नाल इत्थे लग्या होया संघर्ष आ जिहड़ा किस तरीके नाल तिखा हुंदा जा रहा सानू ये सब नू सोचने की जरूरत हैगी है। कैमरा परसन प्रदीप दे नाल मैं KP सिंह दिल्ली तो जस पंजाबी दिल्ली।